हेलो दोस्तों, आज हम पहुंचे हैं पटियाला बस स्टैंड जो न्यू बना है। आज हम आपको दिखाएंगे पटियाला का बस स्टैंड है जो कैसा दिखाई देता है, जो भी अर्बन स्टेट के पास बना हुआ है। आप देख रहे हो पटियाला बस स्टैंड का नाइट व्यू है, जो अभी आप पटियाला बस स्टैंड का नाइट व्यू देख रहे हो। सो हेलो दोस्तों, आज दे ब्लॉग च थोड़ा स्वागत है। ਆਪਾਂ ਖੜੇ ਸੀਗੇ ਪਟਿਆਲੇ ਦਾ ਜਿਹੜਾ ਨਵਾਂ ਬੱਸ ਸਟੈਂਡ ਸੀਗਾ, ਤੁਸੀਂ ਦੇਖ ਸਕਦੇ ਹੋ। ਅਤੇ ਫਿਲਹਾਲ ਤਾਂ ਇਹ ਚੱਲਿਆ ਨਹੀਂ ਹੈਗਾ, ਤੁਸੀਂ ਦੇਖ ਸਕਦੇ ਹੋ ਜਿਹੜਾ ਬੱਸ ਸਟੈਂਡ ਹੈਗਾ ਐਵੇਂ ਦਾ ਦਿਖਾਈ ਦਿੰਦਾ ਹੈ ਕੁਛ। ਅਤੇ ਜਿਹੜੇ ਇੱਥੇ ਸਕਿਉਰਟੀ ਨੇ, ਪੈਕਸੂ ਦੀ ਸਕਿਉਰਟੀ ਹੈ ਜੀ ਆਇਆਂ ਨੂੰ ਪਟਿਆਲਾ। ਇਹ ਜਿਹੜਾ ਪੁੱਲ ਹੈਗਾ ਇਹ ਪੂਰਾ ਇਹਨਾਂ ਨੇ ਬਣਾ ਦਿਆ ਹੈਗਾ। ਅਤੇ ਬਾਕੀ ਇਹ ਗੇਟ ਹੈਗਾ ਅੰਦਰ ਤਾਂ ਤੁਸੀਂ ਦੇਖ ਸਕਦੇ ਹੋ। ਲਾਈਟਾਂ ਲੁੱਟਾਂ ਵੀ ਬੜੀ ਇਹਨਾਂ ਨੇ ਲਗਾ ਤੀ ਇੱਥੇ। ਬਾਕੀ ਬੱਸ ਸਟੈਂਡ ਪਾਰਕਿੰਗ ਪੂਰਕਿੰਗ ਬਹੁਤ ਵਧੀਆ ਬਣਾ ਦੀ। ਹਲੇ ਪਤਾ ਨਹੀਂ ਬੱਸਾਂ ਬੁੱਸਾਂ ਕਦੋਂ ਆਉਣੀਆਂ, ਅਸੀਂ ਸਪੈਸ਼ਲ ਬੱਸ ਸਟੈਂਡ ਦੇਖਣ ਲਈ ਆਏ ਸੀਗੇ। ਅਤੇ ਆ ਗਈਆਂ ਅਰਬਨ ਸਟੇਟ ਵਾਲੀਆਂ ਬੱਤੀਆਂ, ਆਹ ਤੁਸੀਂ ਦੇਖ ਸਕਦੇ ਹੋ। ਅਤੇ ਇਹ ਪਾਰਕ ਹੋਸਪਿਟਲ ਵੀ ਇੱਥੇ ਬਣ ਗਿਆ, ਆਹ ਤੁਸੀਂ ਦੇਖ ਸਕਦੇ ਹੋ। ਅਤੇ ਪਾਰਕ ਹੋਸਪਿਟਲ ਮੈਨੂੰ ਲੱਗਾ ਓਪਨ ਹੋ ਗਿਆ, ਉਹ ਚੱਲ ਵੀ ਗਿਆ, ਇਹ ਚੱਲ ਗਿਆ ਤਾਂ ਇਹ ਹੋਸਪਿਟਲ ਹੋਸਪਿਟਲ ਉਹ ਚੱਲ ਗਿਆ। ਪਾਰਕ 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 ਹਾਂ ਪ੍ਰਾਈਵੇਟ ਹੈ। ਸੋ ਅੱਜ ਦੇ ਵਲੌਗ 'ਚ ਬਸ ਤੁਹਾਨੂੰ ਇੰਨਾ ਹੀ, ਪਟਿਆਲੇ ਦਾ ਜਿਹੜਾ ਬੱਸ ਸਟੈਂਡ ਸੀਗਾ ਇਹ ਦਿਖਾਉਣਾ ਸੀਗਾ। ਅਤੇ ਇਹ ਜਿਹੜਾ ਹੈਗਾ ਇਹਦੇ 'ਚ ਅੰਦਰ ਮਤਲਬ ਕਿ ਇੱਥੋਂ ਤੋਂ ਬੱਸ ਚੜੂ ਕਰੂਗੀ, ਅਤੇ ਇੱਥੇ ਤੋਂ ਐਵੇਂ ਚੜ ਕੇ ਬੱਸ ਉੱਪਰ ਵੱਲ ਤੋਂ ਆਊ ਕਰੂਗੀ। ਅਤੇ ਅੰਦਰ ਆਹ ਤੁਸੀਂ ਦੇਖ ਸਕਦੇ ਹੋ ਨਾ, ਹਾਂ